ਜਦੋਂ ਆਪਣੀ ਬੇਟੀ ਨੂੰ ਡੀਵੀ ਸਕੂਲ ਦੇ ਸਾਹਮਣੇ ਲੈਣ ਵਾਸਤੇ ਗਿਆ ਤਾਂ ਇੱਕ ਟਵਾਤੇ ਸਵਾਰ ਇੱਕ ਨੌਜਵਾਨ ਨੇ ਉਹਨਾਂ ਕੋਲੋਂ ਆਕੇ ਮੋਬਾਈਲ ਫੋਨ ਖੋਹ ਕੇ ਤੁਰਦੇ ਮੌਕੇ ਤੋਂ ਫਰਾਰ ਹੋ ਗਿਆ ਕੁਝ ਘੰਟਿਆਂ ਦੇ ਵਿੱਚ ਹੀ ਜੋ ਅਸਲ ਦੋਸ਼ੀ ਹੈ ਜਿਸ ਦਾ ਨਾਮ ਹਰਮਨਦੀਪ ਸਿੰਘ ਜੋਗੀ ਵੇਰਕਾ ਦਾ ਰਹਿਣ ਵਾਲਾ ਜੋ ਕਿ ਇਸ ਖੋਹ ਕਰਨ ਦੇ ਵਿੱਚ ਮੁੱਖ ਦੋਸ਼ੀ ਸੀ ਉਸ ਨੂੰ ਅਰੈਸਟ ਕੀਤਾ ਗਿਆ ਤੋਂ ਪਹਿਲਾਂ ਵੀ ਇਸ ਨੇ ਕਈ ਮੋਬਾਈਲ ਫੋਨ ਖੋਹ ਕਰਕੇ ਇਸ ਦੁਕਾਨਦਾਰ ਨੂੰ 3500 ਰੁਪਏ ਦੇ ਵਿੱਚ ਵੇਚਿਆ ਚੋਰੀ ਦੇ ਮੋਬਾਈਲ ਖਰੀਦਣ ਦੇ ਆਜ ਅਸੀਂ ਐਸੇ ਨੈਟਵਰਕ ਦਾ ਪਰਦਾ ਫਾਸ਼ ਪੰਜਾਬ ਪੁਲਿਸ ਵੱਲੋਂ ਕੀਤਾ ਹੈ ਜੋ ਕਿ ਤੁਹਾਨੂੰ ਹੈਰਾਨ ਕਰ ਦੇਵੇਗਾ ਕਿ ਆਖਿਰਕਾਰ ਚੋਰੀ ਦੇ ਮੋਬਾਈਲ ਜਾਂਦੇ ਕਿੱਥੇ ਸਨ ਅਕਸਰ ਲੋਕਾਂ ਦੇ ਮੋਬਾਈਲ ਫੋਨ ਸਨੈਚ ਹੁੰਦੇ ਸਨ ਤਾਂ ਇਹ ਗੱਲ ਸਾਹਮਣੇ ਆਂਦੀ ਸੀ ਕਿ ਮੋਬਾਈਲ ਲਬਧਾ ਨਹੀਂ ਸੀ ਲੇਕਿਨ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਕੀ 21 ਮੋਬਾਈਲ ਫੋਨ ਚੋਰੀ ਦੇ ਬਰਾਮਦ ਕੀਤੇ ਗਏ ਨੇ ਤਾਂ ਉਹ ਸਾਰੇ ਮੋਬਾਈਲ ਫੋਨ ਇੱਕ ਦੁਕਾਨਦਾਰ ਪਾਸੋਂ ਬਰਾਮਦ ਕੀਤੇ ਗਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ 3500 ਰੁਪਏ ਦੇ ਵਿੱਚ ਉਹ ਦੁਕਾਨਦਾਰ ਜਿਹੜਾ ਇਹਨਾਂ ਫੋਨ ਨੂੰ ਖਰੀਦਦਾ ਸੀ ਔਰ ਅੱਗੇ ਇਹਨਾਂ ਨੂੰ ਮਹਿੰਗੇ ਰੇਟ ਤੇ ਵੇਚ ਦਿੱਤਾ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਫੋਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਫੋਨ ਜਿਸ ਦੀ ਕੀਮਤ ਤਕਰੀਬਨ 1 ਲੱਖ ਰੁਪਏ ਦੇ ਆਸ-ਪਾਸ ਹੈ ਇਹ ਫੋਨਾਂ ਨੂੰ ਵੀ ਮਹਿਜ਼ 3 ਨਿਹਾਰੀਆਂ 3500 ਰੁਪਏ 'ਚ ਵੇਚਣ ਦਾ ਕੰਮ ਕੀਤਾ ਜਾਂਦਾ ਸੀ ਔਰ ਇਹ ਇੱਕ ਵੱਡਾ ਨੈਟਵਰਕ ਹੈ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਦਾ ਜਿਹੜਾ ਅੰਦਰਲੇ ਨੰਬਰ ਹੁੰਦੇ ਉਹਨਾਂ ਨੂੰ ਵੀ ਤਬਦੀਲ ਕੀਤਾ ਗਿਆ ਤਾਂ ਇਸ ਦੇ ਵਿੱਚ ਜਿਹੜੀ ਵੱਡੀ ਕਾਮਯਾਬੀ ਅਮਰਸਰ ਦੇ ਥਾਣਾ ਸਿਵਲ ਲਾਈਨ ਪੁਲਿਸ ਨੂੰ ਮਿਲੀ ਹੈ ਔਰ ਅੱਜ ਅਸੀਂ ਵਿਸਤਾਰ ਨਾਲ ਚਰਚਾ ਕਰਾਂਗੇ ਕਿ ਆਖਿਰਕਾਰ ਰੈਕਟ ਕਿਵੇਂ ਚੱਲਦਾ ਸੀ ਸਰ ਸਭ ਤੋਂ ਵੱਡੇ ਕੰਗ੍ਰੈਚੁਲੇਸ਼ਨਸ ਕਿ ਬਹੁਤ ਵੱਡੀ ਕਾਮਯਾਬੀ ਪਰ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਆਖਿਰਕਾਰ ਬਹੁਤ ਸਾਰੇ ਲੋਕਾਂ ਦੇ ਫੋਨ ਸਨੇਚ ਹੁੰਦੇ ਨੇ ਇਹ ਮਸਲਾ ਹੈ ਕਿ ਏਜੀ ਅਮਰਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨਸ ਵਿਖੇ ਕੱਲ ਸਾਨੂੰ ਮਨੀਸ਼ ਸ਼ਰਮਾ ਵੱਲੋਂ ਇੱਕ ਕੰਪਲੇਨ ਮਿਲੀ ਸੀ ਕਿ 11 ਤਰੀਕ ਨੂੰ 2 ਵਜੇ ਦੇ ਕਰੀਬ ਜਦੋਂ ਆਪਣੀ ਬੇਟੀ ਨੂੰ ਡੇਵਿਸ ਸਕੂਲ ਦੇ ਸਾਹਮਣੇ ਲੈਣ ਵਾਸਤੇ ਗਿਆ ਤਾਂ ਐਕਟਵਾ ਤੇ ਸਵਾਰ ਇੱਕ ਨੌਜਵਾਨ ਨੇ ਉਹਨਾਂ ਕੋਲੋਂ ਆ ਕੇ ਮੋਬਾਈਲ ਫੋਨ ਖੋਹ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਕੱਲ ਸਾਨੂੰ ਇਸ ਇਸ ਘਟਨਾ ਦੀ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਤੁਰੰਤ 379 ਬੀ2 ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਸੀ ਸਾਡੇ ਐਸਐਚਓ ਸਿਵਲ ਲਾਈਨਸ ਉਹਨਾਂ ਦੀ ਟੀਮ ਵੱਲੋਂ ਬੜੀ ਹੀ ਤੇਜ਼ੀ ਦੇ ਨਾਲ ਕੁਝ ਮਿੰਟਾਂ ਦੇ ਵਿੱਚ ਹੀ ਕੁਝ ਘੰਟਿਆਂ ਦੇ ਵਿੱਚ ਹੀ ਜੋ ਅਸਲ ਦੋਸ਼ੀ ਆ ਜਿਸ ਦਾ ਨਾਮ ਹਰਮਨਦੀਪ ਸਿੰਘ ਜੋਗੀ ਵੇਰਕਾ ਦਾ ਰਹਿਣ ਵਾਲਾ ਜੋ ਕਿ ਇਸ ਖੋਹ ਕਰਨ ਦੇ ਵਿੱਚ ਮੁੱਖ ਦੋਸ਼ੀ ਸੀ ਉਸ ਨੂੰ ਅਰੈਸਟ ਕੀਤਾ ਗਿਆ ਜਦੋਂ ਅਸੀਂ ਉਸ ਦੋਸ਼ੀ ਦੀ ਡਿਟੇਲ ਦੇ ਵਿੱਚ ਪੁੱਛਿਸ਼ ਕੀਤੀ ਤਾਂ ਉਹਨੇ ਦੱਸਿਆ ਕਿ ਜੋ ਮੋਬਾਈਲ ਫੋਨ ਉਸਨੇ ਡੀਏਵੀ ਸਕੂਲ ਦੇ ਬਾਹਰੋਂ ਖੋਹ ਕੀਤਾ ਸੀ ਉਹ ਮੋਬਾਈਲ ਫੋਨ ਉਸਨੇ ਸੰਦੀਪ ਤਵਨ ਉਰਫ ਗੋਲਾ ਨਾਮ ਦੇ ਵਿਅਕਤੀ ਜੋ ਕਿ ਲਿਬਰਟੀ ਮਾਰਕੀਟ ਦੇ ਵਿੱਚ ਇੱਕ ਆਪਣੀ ਸ਼ਾਪ ਰਨ ਕਰਦਾ ਵਾ ਉਸ ਨੂੰ 3500 ਰੁਪਏ ਦੇ ਵਿੱਚ ਵੇਚ ਵਿਚਿਆ ਉਸਨੇ ਆਪਣੀ ਪੁਸ਼ਕਿਸ਼ ਦੇ ਵਿੱਚ ਇਹ ਵੀ ਦੱਸਿਆ ਕਿ ਉਹ ਨਾਰਮਲੀ ਜਦੋਂ ਮੋਬਾਈਲ ਫੋਨ ਕਰਦਾ ਸੀ ਤਾਂ ਉਸ ਦਾ ਪੱਕਾ ਕੰਟੈਕਟ ਇਸ ਦੁਕਾਨਦਾਰ ਦੇ ਨਾਲ ਸੀ ਤੇ ਇਸ ਤੋਂ ਪਹਿਲਾਂ ਵੀ ਇਸ ਨੇ ਕਈ ਮੋਬਾਈਲ ਫੋਨ ਖੋਹ ਕਰਕੇ ਇਸ ਦੁਕਾਨਦਾਰ ਨੂੰ 3500 ਰੁਪਏ ਦੇ ਵਿੱਚ ਵੇਚੇ ਹਨ ਜਿਹਦੇ ਦੇ ਸੀ ਫੋਨ ਦੇਖ ਰਿਹਾ ਸਾਰੇ ਉਹ ਹੀ ਨੇ ਜਿਹੜੇ ਪੈਂ 3500 ਰੁਪਏ ਚ ਵੇਚੇ ਜੀ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਉਸ ਦੀ ਪੁਸ਼ਕਿਸ਼ ਤੇ ਸੰਦੀਪ ਧਵਨ ਉਰਫ ਗੋਲੜ ਨੂੰ ਇਸ ਮੁਕਦਮੇ ਦੇ ਵਿੱਚ ਨਾਮਿਨੇਟ ਕੀਤਾ ਤੇ ਇਸ ਕੋਲੋਂ ਇਸ ਦੁਕਾਨ ਤੇ ਰੇਡ ਕੀਤੀ ਤਾਂ ਸਾਨੂੰ ਉੱਥੇ 21 ਦੇ ਕਰੀਬ ਮੋਬਾਈਲ ਫੋਨ ਮਿਲੇ ਜਿਨ੍ਹਾਂ ਮੋਬਾਈਲ ਫੋਨਾਂ ਦੇ ਜੋ ਇਸਨੇ ਅਲੱਗ-ਅਲੱਗ ਜੋ ਦੋਸ਼ੀ ਨੇ ਜਿਨ੍ਹਾਂ ਨੇ ਵੱਲੋਂ ਖੋਹ ਕਿਤੇ ਗਏ ਸੀ ਚੋਰੀ ਕੀਤੇ ਗਏ ਸੀ ਤੇ ਜੋ ਇਸਨੇ ਖਰੀਦ ਕੀਤੇ ਸਨ ਜਦੋਂ ਅਸੀਂ ਇਹਨਾਂ ਮੋਬਾਈਲ ਫੋਨਾਂ ਦਾ ਇਹਨਾਂ ਕੋਲੋਂ ਕੋਈ ਬਾਕਸ ਜਾਂ ਬਿੱਲ ਦੀ ਡਿਮਾਂਡ ਕੀਤੀ ਤਾਂ ਇਹ ਕੋਈ ਵੀ ਸਬੂਤ ਉਸ ਜੀ ਦੇ ਪੇਸ਼ ਨਹੀਂ ਕਰ पाए ਜਿਸ ਕਰਕੇ ਅਸੀਂ ਇਸ ਮੁਕੱਦਮੇ ਦੇ ਵਿੱਚ 411 ਐਪੀਸੀ ਦਾ ਵਾਧਾ ਕਰਕੇ ਜੋ ਕਿ ਅਗਰ ਆਪਾਂ ਡਿਸਹੋਨੇਸਟਲੀ ਕੋਈ ਵੀ ਪ੍ਰਾਪਰਟੀ ਚੋਰੀ ਹੋਈ ਜਾਂ ਖੋਹ ਹੋਈ ਅਗਰ ਆਪਾਂ ਲੈਣੇ ਆ ਕਿਸੇ ਤੋਂ ਖਰੀਦਦੇ ਆ ਤਾਂ ਇਸ ਦੇ ਤਹਿਤ ਅਸੀਂ ਦੋਸ਼ੀ ਪਾਏ ਜਾਂਦੇ ਆ ਤੇ ਅਸੀਂ ਇਸ ਨੂੰ 411 ਦਾ ਵਾਧਾ ਕਰਕੇ ਜੋ ਦੁਕਾਨਦਾਰ ਸੰਦੀਪ ਧਵਨ ਹੈ ਇਸ ਨੂੰ ਵੀ ਇਸ ਦੇ ਵਿੱਚ ਨਾਮਿਨੇਟ ਕੀਤਾ ਹੈ ਜੀ ਸਰ ਅਕਸਰ ਅਸੀਂ ਕਹਿੰਨੇ ਕਿ ਜਦੋਂ ਕੋਈ ਫੋਨ ਵਰਤਦਾ ਹੈ ਤਾਂ ਉਦੋਂ EMI ਨੰਬਰ ਟ੍ਰੇਸ ਹੋ ਜਾਂਦਾ ਹੈ ਕਿ ਆ ਇਸ ਫੋਨਾਂ ਦੇ ਵਿੱਚ ਵੀ ਕੋਈ ਇਦਾਂ ਦਾ ਸਿਸਟਮ ਕੀਤਾ ਸੀ ਜਿਸ ਦੇ ਕਰਕੇ ਇਹਨਾਂ ਦੀ ਟ੍ਰੇਸਿੰਗ ਨਹੀਂ ਸੀ ਹੁੰਦੀ ਬਿਲਕੁਲ ਜੀ ਜੋ ਸਾਰੇ ਫੋਨ ਨੇ ਅਸੀਂ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਇਸ ਨੂੰ ਅਸੀਂ ਟੈਕਨੀਕਲੀ ਲੈਬ ਤੋਂ ਇਹਨਾਂ ਨੂੰ ਐਗਜ਼ਾਮਿਨ ਕਰਾ ਰਹੇ ਹਾਂ ਕਿਉਂਕਿ ਇਨਫੋਰਮੇਸ਼ਨ ਇਹ ਵੀ ਸੀ ਜੋ ਕਿ ਪੋਸ਼ਕਸ਼ ਦੇ ਵਿੱਚ ਵੀ ਆਇਆ ਕਿ ਇਹ ਟੈਕਨੀਕਲ ਇਸ ਦੇ ਵਿੱਚ ਕੁਝ ਤਬਦੀਲੀਆਂ ਕਰਦੇ ਨੇ ਜਿਸ ਤੋਂ ਬਾਅਦ ਫੋਨ ਅਸੀਂ ਟਰੇਸ ਨਹੀਂ ਕਰ ਸਕਦੇ ਸੋ ਇਸ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਅਗਰ ਇਹੋ ਜੀ ਚੀਜ਼ ਕੋਈ ਸਾਹਮਣੇ ਆਉਂਦੀ ਹੈ ਤਾਂ ਬੰਦੀ ਤਹਰਾਮ ਦੇ ਤਹਿਤ ਵਾਧਾ ਜੁਰਮਈ ਕੀਤਾ ਜਾਊਗਾ ਪਰ ਸਰ ਇਹ 21 ਫੋਨ ਬਰਾਮਦ ਹੋਇਆ ਤਾਂ ਇਹ ਇਸੇ ਦੁਕਾਨਦਾਰ ਨੂੰ ਹੀ ਫੋਨ ਵੇਚਦਾ ਸੀ ਬਿਲਕੁਲ ਜੀ ਇਹ ਇਸ ਦੀ ਪੁਸ਼ਕਿਸ਼ ਦੇ ਵਿੱਚ ਕਾਇਆ ਕਿ ਜੋ ਵੀ ਇਸ ਨੇ ਵਾਰਦਾਤ ਕੀਤੀ ਹੈ ਅਲਗ-ਅਲਗ ਜਗ੍ਹਾ ਤੇ ਮੋਬਾਈਲ ਫੋਨ ਖੋਹ ਕੀਤੇ ਆ ਉਹ ਹਮੇਸ਼ਾ ਇਸੇ ਦੁਕਾਨਦਾਰ ਨੂੰ ਹੀ ਵੇਚਦਾ ਸੀ ਕਿੰਨੇ ਦਾ ਵੇਚਦਾ ਸੀ ਇਹ ਜੋ ਵੀ ਮੋਬਾਈਲ ਫੋਨ ਹੋਵੇ ਜਿਸ ਤਰੀਕੇ ਨਾਲ ਵੀ ਕੋਈ ਵੀ ਉਸ ਦੀ ਕੰਪਨੀ ਹੋਵੇ ਕਿਸੇ ਵੀ ਬ੍ਰਾਂਡ ਦਾ ਹੋਵੇ ਇਹ ਉਹ ਮੋਬਾਈਲ ਫੋਨ 3500 ਦੇ ਵਿੱਚ ਬਿਲਕੁਲ ਜੀ ਸਰ ਹੁਣ ਤਾਂ 21 ਫੜ ਗਏ ਪਰ ਹੋ ਸਕਦਾ ਬਹੁਤ ਸਾਰੇ ਕਿਉਂਕਿ ਲੰਬੇ ਬਹੁਤ ਪੁਰਾਣੀ ਦੁਕਾਨ ਹੈ ਵਲੀ ਜਰੀ ਅਮਰਸਰ ਦੀ ਮੰਨੀ ਜਾਏ ਬਿਲਕੁਲ ਜੀ ਹੁਣ ਅਸੀਂ ਦੋ ਦੋਨਾਂ ਦੋਸ਼ੀਆਂ ਦਾ ਦੁਕਾਨਦਾਰ ਦਾ ਵੀ ਤੇ ਜੋ ਜਿਸ ਦੋਸ਼ੀ ਵੱਲੋਂ ਖੋਹ ਕੀਤੀ ਗਈ ਹੈ ਦੋਨਾਂ ਦਾ ਸੀ ਰਿਮਾਂਡ ਲਿਆ ਵਾ ਰਿਮਾਂਡ ਦੌਰਾਨ ਇਹਨਾਂ ਨੂੰ ਡਿਟੇਲ ਦੇ ਵਿੱਚ ਪੁੱਛਗਛ ਕੀਤੀ ਜਾਊਗੀ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਮੋਬਾਈਲ ਫੋਨ ਵੀ ਰਿਕਵਰ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਹੀ ਅਸੀਂ ਕਲੀਅਰਲੀ ਤੁਹਾਨੂੰ ਦੱਸ ਸਕਦੇ ਹਾਂ ਕਿ ਕਿੰਨੇ ਪੁਰਾਣੇ ਤੋਂ ਇਹ ਇਸ ਤਰੀਕੇ ਨਾਲ ਡਿਸਆਨੈਸਟਲੀ ਸਟੋਲਨ ਪ੍ਰੋਪਰਟੀ ਰਿਸੀਵ ਕਰ ਰਿਆ ਸੀ ਕੁਝ ਸੀਸੀਟੀਵੀ ਵੀ ਸਾਹਮਣੇ ਆਈਆਂ ਸੀ ਬਿਲਕੁਲ ਜੀ ਜੋ ਸਾਡੇ ਕੋਲ ਮੁਕਦਮੇ ਦਰਜ ਕੀਤੇ ਗਏ ਨੇ ਉਹਨਾਂ ਦੀਆਂ ਜਿਸ ਜਗ੍ਹਾ ਤੇ ਇਸ ਵੇਲੇ ਖੋਹ ਕੀਤੀ ਗਈ ਸੀ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਬੜੀ ਗੰਦੀ ਮਤਲਬ ਵਾਇਲੈਂਟ ਤਰੀਕੇ ਨਾਲ ਲੇਡੀ ਨੂੰ ਕੁੜੀਸਦੇ ਹੋਏ ਦੀ ਵੀਡੀਓ ਜਦੋਂ ਮੋਬਾਈਲ ਫੋਨ ਕਰਨੀ ਕੋਸ਼ਿਸ਼ ਕਰਦਾ ਵਾ ਸੋ ਕਾਫੀ ਵੀਡੀਓਜ਼ ਇਸ ਦੋਸ਼ੀ ਦੀ ਸਾਡੇ ਕੋਲ ਸਾਹਮਣੇ ਆਈਆਂ ਨੇ ਜੀ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਦੋ ਦੋਸ਼ੀ ਔਰ ਚੋਰੀ ਉਤੋਂ ਸੀਨਾ ਜੋਰੀ ਦਾ ਵੀ ਇਹਨਾਂ ਵੱਲੋਂ ਕੰਮ ਕੀਤਾ ਗਿਆ ਕਿ ਜਦੋਂ ਇਸ ਦੁਕਾਨਦਾਰ ਨੂੰ ਅੱਜ ਗ੍ਰਫਤਾਰ ਕੀਤਾ ਗਿਆ ਕੱਲ ਤਾਂ ਉਸ ਤੋਂ ਬਾਅਦ ਪੁਲਿਸ ਤੇ ਪ੍ਰੈਸ਼ਰ ਬਿਲਡ ਅਪ ਕਰਨ ਵਾਸਤੇ ਇਹਨਾਂ ਵੱਲੋਂ ਧਰਨਾ ਵੀ ਲਗਾਇਆ ਗਿਆ ਤੁਤਕਨ ਕੀ ਰੇਲਵੇ ਸਟੇਸ਼ਨ ਦੇ ਬਾਹਰ ਦੀ ਰੋਡ ਜਾਮ ਕੀਤੀ ਗਈ ਔਰ ਪੁਲਿਸ ਨੂੰ ਥ੍ਰੈਟ ਤੱਕਨ ਕੀਤਾ ਗਿਆ ਕਿ ਅਸੀਂ ਸਾਰਾ ਸ਼ਹਿਰ ਜਾਮ ਕਰ ਦਾਂਗੇ ਸਾਮਣੇ ਆਈ ਕਿ ਮੋਬਾਈਲ ਫੋਨ ਚੋਰੀ ਕਰਨ ਦਾ ਇੱਕ ਵੱਡਾ ਰੈਕਡ ਚ ਰਹਾ ਹੈ ਇਸ ਦੁਕਾਨਦਾਰ ਵੱਲੋਂ ਚਲਾਇਆ ਜਾ ਰਿਹਾ ਹੈ ਤਾਂ ਉਸ ਦੀ ਜੇਰੀ ਹੈ ਗੱਲ ਸਾਮਣੇ ਆਈ ਸੀ ਤਾਂ ਉਹਦੇ ਵਿੱਚ ਸਰ ਇਹ ਜਿਹੜਾ ਧਰਣਾ ਲਾਇਆ ਕਿ ਪ੍ਰੈਸ਼ਰ ਸੀਗਾ ਬਸ ਪੁਲਿਸ ਤੇ ਕੀਤਾ ਜਾਵੇ ਇਹ ਜੀ ਕੱਲ ਜਦੋਂ ਅਸੀਂ ਜੋ ਦੁਕਾਨਦਾਰ ਆ ਜਿਸ ਕੋਲੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਉਸ ਦੇ ਪਰਿਵਾਰ ਨੂੰ ਮਦਈਆਂ ਦੇ ਨਾਲ ਵੀ ਮਿਲਾਇਆ ਕਿ ਇਹ ਵੀਡੀਓ ਹੈ ਜਿਸ ਵਿੱਚ ਹਰਮਨ ਕਲੀਅਰਲੀ ਤੌਰ ਤੇ ਮੋਬਾਈਲ ਫੋਨ ਸਨੇਚ ਕਰ ਰਿਹਾ ਵਾ ਤੇ ਅੱਗੇ ਉਹ ਮੋਬਾਈਲ ਫੋਨ ਇਸ ਦੀ ਦੁਕਾਨ ਤੋਂ ਬਰਾਮਦ ਹੋਏ ਸਨ ਸੋ ਬਟ ਉਸ ਦਾ ਪਰਿਵਾਰ ਕਾਲ ਸੰਤੁਸ਼ ਸੀ ਬਟ ਅੱਜ ਕਿਸੇ ਤਰੀਕੇ ਨਾਲ ਕਿਸੇ ਨੇ ਕੋਈ ਹਵਾ ਫਲਾਈ ਗਈ ਮਾਰਕੀਟ ਦੇ ਵਿੱਚ ਜਾਂ ਪ੍ਰਧਾਨਾਂ ਵੱਲੋਂ ਇਹ ਹਵਾ ਫਲਾਈ ਗਈ ਕਿ ਇਹਨਾਂ ਵੱਲੋਂ ਕੁਝ ਨਸ਼ੇ ਦੇ ਪਰਚਾ ਪਾਤਾ ਜੀ ਕੁਝ ਵਧਿੱਕੀ ਕਰਤੀ ਜੀ ਇਹ ਕਰਤਾ ਸੋ ਜਿਸ ਤੋਂ ਬਾਅਦ ਇਹਨਾਂ ਦੁਕਾਨਦਾਰਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਲਗਾਇਆ ਸੀ ਰੋਡ ਬਲੌਕ ਕੀਤਾ ਸੀ ਜਿਸ ਕਾਰਨ ਟ੍ਰੈਫਿਕ ਦੀ ਕਾਫੀ ਸਮੱਸਿਆ ਆਈ ਤੇ ਆਮ ਲੋਕਾਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਬਿਨਾ ਪਰਮਿਸ਼ਨ ਦੇ ਕੋਈ ਤੁਸੀਂ ਰੋਡ ਬਲੌਕ ਕਰਦੇ ਹੋ ਰਸਤਾ ਰੋਕਦੇ ਹੋ ਕਿਸੇ ਦਾ ਇਹ ਵੀ ਕਾਨੂੰਨੀ ਜੁਰਮ ਹੈ ਬਟ ਇਹਨਾਂ ਸਾਰੀ ਮਾਰਕੀਟ ਨੇ ਇਕੱਠੇ ਹੋ ਕੇ ਥਾਣੇ ਪਹੁੰਚ ਕੇ ਇੱਕ ਸਾਨੂੰ ਰਿਟਰਨ ਦੇ ਵਿੱਚ ਮਾਫੀਨਾਮਾ ਵੀ ਲਿਖ ਕੇ ਗਏ ਨੇ ਅਪੋਲੋਜੀ ਮੰਗੇ ਗਏ ਨੇ ਕਿ ਅੱਗੇ ਤੋਂ ਜੇ ਸਾਡਾ ਕੋਈ ਵੀ ਦੁਕਾਨਦਾਰ ਇਹੋ ਜਿਹੀ ਕ੍ਰਾਈਮ ਦੇ ਵਿੱਚ ਪਾਇਆ ਜਾਂਦਾ ਉਹ ਉਸ ਦੀ سپورਟ ਨਹੀਂ ਕਰਨਗੇ ਤੇ ਬਲਕਿ ਮੈਂ ਸਾਰਿਆਂ ਨੂੰ ਰਿਕਵੈਸਟ ਵੀ ਕਰਨਾ ਚਾਹਣਾ ਤੇ ਉਹਨਾਂ ਨੂੰ ਸੰਕੇਤ ਵੀ ਦੇਣਾ ਚਾਹਣਾ ਕਿ ਅਗਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਸਟੋਲਨ ਪ੍ਰਾਪਰਟੀ ਚੋਰੀ ਕੀਤੀ ਹੋਈ ਪ੍ਰਾਪਰਟੀ ਕੀਤੀ ਹੋਈ ਪ੍ਰੋਪਰਟੀ ਅਗਰ ਕੋਈ ਡਿਸਹੋਨੇਸਟਲੀ ਖਰੀਦ ਕਰਦਾ ਵਾ ਤਾਂ ਉਹ ਵੀ ਉਸ ਮੁਕਦਮੇ ਦੇ ਵਿੱਚ 411 ਤਹਿਤ ਦੋਸ਼ੀ ਪਾਇਆ ਜਾਊਗਾ ਸੋ ਅੱਗੇ ਤੋਂ ਅਗਰ ਤੁਸੀਂ ਕੋਈ ਮੋਬਾਈਲ ਫੋਨ ਸੈਕੰਡ ਹੈਂਡ ਕਿਸੇ ਤੋਂ ਖਰੀਦਦੇ ਹੋ ਤਾਂ ਉਸ ਦਾ ਕਲੀਅਰਲੀ ਉਸ ਦਾ ਬਾਕਸ ਚੈੱਕ ਕਰੋ ਉਸ ਦਾ ਜੋ ਬਿੱਲ ਆ ਉਸ ਦਾ ਮਾਲਕ ਕੌਣ ਹੈ ਮਾਲਕ ਨੂੰ ਤਸਦੀਕ ਕਰਨ ਤੋਂ ਬਾਅਦ ਹੀ ਉਹਨਾਂ ਕੋਲ ਮੋਬਾਈਲ ਫੋਨ ਖਰੀਦੋ ਅਦਰਵਾਈਜ਼ ਤੁਹਾਡੇ ਲਈ ਵੀ ਇਹ ਸਮੱਸਿਆ ਦਾ ਮੁੱਦਾ ਬਣ ਸਕਦਾ ਹੈ ਸੋ ਸਰ ਜਿਨ੍ਹਾਂ ਨੇ ਹੁਣ ਇਹਨਾਂ ਨੇ ਫੋਨ ਖਰੀਦਦੇ ਜਿਨ੍ਹਾਂ ਲੋਕਾਂ ਨੇ ਉਹ ਵੀ ਕਿਤਨਾ ਕਿਤੇ ਰਡਾਰ ਚ ਆ ਸਕਦੇ ਨੇ ਬਿਲਕੁਲ ਜੀ ਇਹ ਮੋਬਾਈਲ ਫੋਨ ਤਾਂ ਸਾਰੇ ਦੁਕਾਨ ਤੋਂ ਹੀ ਬਰਾਮਦ ਹੋਏ ਨੇ ਇਹ ਤਾਂ ਹਜੇ ਕਿਸੇ ਨੇ ਖਰੀਦ ਨਹੀਂ ਕੀਤੀ ਸੀ ਬਟ ਆਮ ਲੋਕਾਂ ਨੂੰ ਵੀ ਆਮ ਲੋਕਾਂ ਨੂੰ ਵੀ ਮੈਂ ਇਹੀ ਸਲਾਹ ਦਵਾਂਗਾ ਕਿ ਅਗਰ ਤੁਸੀਂ ਕੋਈ ਵੀ ਸੈਕੰਡ ਹੈਂਡ ਫੋਨ ਖਰੀਦਦੇ ਹੋ ਤਾਂ ਤੁਸੀਂ ਉਸ ਤੋਂ ਪਹਿਲਾਂ ਜੋ ਮੋਬਾਈਲ ਫੋਨ ਦਾ ਅਸਲ ਬਿੱਲ ਆ ਉਹ ਚੈੱਕ ਕਰੋ ਜਿਸ ਮਾਲਕ ਨੇ ਉਸ ਫੋਨ ਨੂੰ ਖਰੀਦਿਆ ਉਸ ਮਾਲਕ ਤੱਕ ਪਹੁੰਚ ਕਰੋ ਕਿਉਂ ਮਾਲਕ ਖੁਦ ਆਈਓ ਫੋਨ ਵੇਚ ਰਿਹਾ ਹੈ ਜਾਂ ਇਹ ਫੋਨ ਕਿਸੇ ਬਿਲ ਤੋਂ ਬਿਨਾ ਜਾਂ ਬਾਕਸ ਤੋਂ ਬਿਨਾ ਵਾ ਤਾਂ ਤੁਹਾਡੇ ਲਈ ਵੀ ਇਹ ਸਮੱਸਿਆ ਦਾ ਵਿਸ਼ਾ ਬਣ ਸਕਦਾ ਵਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡੇ ਨੈਟਵਰਕ ਦਾ ਪਰਦਾ ਫਾਸ਼ ਅੰਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਇਹ ਦੋ ਦੇਖ ਸਕਦੇ ਹੋ ਕਿ ਚੋਰ ਤੇ ਦੁਕਾਨਦਾਰ ਦੀ ਜਿਹੜੀ ਜੋੜੀ ਸੀ ਉਹ ਲੋਕਾਂ ਦੇ ਮੋਬਾਈਲ ਫੋਨ ਨੂੰ ਅੱਗੇ ਵੇਚਣ ਦਾ ਕੰਮ ਕਰਦੀ ਸੀ ਮੈਂ ਅਜ 35-3500 ਰੁਪਏ ਦੇ ਵਿੱਚ ਜਿਹੜੇ ਨੇ ਇਹਨਾਂ ਵੱਲੋਂ ਇਹ ਮਹਿੰਗੇ ਫੋਨ ਤੁਸੀਂ ਦੇਖ ਸਕਦੇ ਹੋ ਕਿ ਕਈ ਵੱਡੀ ਕੰਪਨੀ ਦੇ ਫੋਨ ਜਿਸ ਤਰ੍ਹਾਂ ਇਹ ਫੋਨ ਲੱਖ ਰੁਪਏ ਦੇ ਆਸ-ਪਾਸ ਮੰਨੀ ਜਾਂਦੀ ਹੈ ਔਰ ਇਹ ਵੀ ਫੋਨ ਇਸ ਦੇ ਵਿੱਚ ਸੀ ਇਤੋਂ ਤੱਕ ਕਿ ਆਈਫੋਨ ਤੁਸੀਂ ਦੇਖ ਸਕਦੇ ਹੋ ਕਿ ਆਈਫੋਨ ਵੀ ਜਿਹੜਾ ਹੈ ਨਾਲ ਉਹ ਵੇਚਿਆ ਜਾਂਦਾ ਸੀ ਹੋਰ ਵੀ ਬਹੁਤ ਸਾਰੀ ਕੰਪਨੀਆਂ ਜਿ세 ਕਹਿੰਦੇ ਸੈਮਸੰਗ ਦੇ ਫੋਨ ਨੇ ਆਈਫੋਨ ਨੇ ਤਾਂ ਇਹ ਸਾਰੇ ਮਹਿੰਗੇ ਫੋਨ ਜਿਹੜੇ ਨੇ ਵੇਚੇ ਜਾਂਦੇ ਸੀ ਤੇ ਉਹ ਬੜੀ ਹੀ ਤਜਰਬੇਕਾਰੀ ਦੇ ਨਾਲ ਅੰਮ੍ਰਿਤਸਰ ਪੁਲਿਸ ਵੱਲੋਂ ਇਸ ਰੈਕਟ ਨੂੰ ਬਸਟ ਕੀਤਾ ਗਿਆ ਹੈ ਤਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਇਹ ਕਾਬਲੇ ਤਾਰੀਫ ਟੀਮ ਜਿਹੜੀ ਪੁਲਿਸ ਦੀ ਉਹ ਇਸ ਵੇਲੇ ਤੁਹਾਡੀ ਟੀਵੀ ਸਕਰੀਨ ਤੇ ਹੈ ਤਾਂ ਇੱਕ ਲੰਮਾ ਨੈਕਸਸ ਜਿਹੜਾ ਚੱਲ ਰਿਹਾ ਸੀ ਉਸ ਨੂੰ ਜਿਹੜਾ ਹੈ ਬਸਟ ਕਰਨ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਤਾਂ ਇਸ ਦੇ ਵਿੱਚ ਜਿਹੜੇ 21 ਫੋਨ ਬਰਾਮਦ ਕੀਤੇ ਗਏ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਹੈ ਉਹ ਦੋ ਦੋਸ਼ੀ ਵੀ ਕਾਬੂ ਕੀਤੇ ਗਏ ਨੇ ਜਿਨ੍ਹਾਂ ਨੇ ਕੀ ਹੈ 21 ਫੋਨ ਵਿੱਚ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਫੋਨ ਵਿੱਚ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਸੂਤਰਾ ਦੇ ਮੁਤਾਬਕ ਗੱਲ ਸਾਹਮਣੇ ਆਈ ਹੈ ਕਿ આજ ਤੱਕ ਇਸ ਸ਼ਖਸ ਨੇ ਸੈਂਕੜੇ ਫੋਨ ਜਿਹੜੇ ਨੇ ਵੇਚੇ ਨੇ 35-3500 ਰੁਪਏ ਚ ਸੇਲ ਦੇ ਵਿੱਚ ਫੋਨ ਵੇਚਦੇ ਸੀ ਲੇਕਿਨ ਹੁਣ ਦੇਖਣਾ ਹੋਏਗਾ ਕਿ ਜਿਹੜੇ ਲੋਕ ਨੇ ਜਿਨ੍ਹਾਂ ਨੇ ਫੋਨ ਖਰੀਦੇ ਦੱਸਿਆ ਜਾ ਰਿਹਾ ਕਿ ਅਦਾ EMI ਨੰਬਰ ਜਿਹੜਾ ਹੈ ਉਸ ਨੂੰ ਵੀ ਤਬਦੀਲ ਕਰ ਦਿੱਤਾ ਜਾਂਦਾ ਸੀ ਤਾਂ ਉਸ ਦਾ ਵੀ ਪਰਚਾ ਦਰਜ ਕੀਤਾ ਜਾਏਗਾ ਲੇਕਿਨ ਵੱਡਾ ਇੱਕ ਨੈਕਸਸ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਬੰਦ ਕੀਤਾ ਗਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ